ਕਾਂਗਰਸ ਪਾਰਟੀ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਸ਼ਹਿਰੀ ਰਿਆੜ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਅਤੇ ਬਿਆਨਬਾਜ਼ੀਆਂ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜੋ ਪਾਰਟੀ ਨੂੰ ਲੈ ਕੇ ਬਿਆਨਬਾਜ਼ੀ ਦਿੱਤੀ ਉਸ ਨੂੰ ਲੈ ਕੇ ਰਿਆੜ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਜਿਹੜੇ ਸ਼ਹਿਰੀ ਰਿਆੜ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ। ਪੂਰੇ ਮੁੱਦੇ ਲੈ ਕੇ ਸੁਣਦੇ ਹਾਂ ਹੋਰ ਕੀ ਕਹਿਣਾ ਹੈ। ਬੜੀ ਹੈਰਾਨਗੀ ਦੀ ਗੱਲ ਹੈ ਕਿ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਉਹ ਹੁਣ ਯੂਥ ਕਾਂਗਰਸ ਦੇ ਮੋਢਿਆਂ ਤੇ ਰੱਖ ਕੇ ਚਲਾਉਣਾ ਚਾਹੁੰਦੀ ਹੈ। ਮੈਨੂੰ ਯੂਥ ਕਾਂਗਰਸ ਵਾਲਿਆਂ ਨੇ ਇੱਕ ਨੋਟਿਸ, ਸ਼ੋ ਕੌਜ਼ ਨੋਟਿਸ ਭੇਜਿਆ ਕਿ 3 ਦਿਨਾਂ ਦੇ ਵਿੱਚ ਜਵਾਬ ਦਿਓ, ਤੁਸੀਂ ਵੱਡੇ ਲੀਡਰਾਂ ਦੇ ਬਾਰੇ ਕੁਝ ਵੀਡੀਓਸ ਟਿੱਪਾ ਟਿੱਪਣੀ ਕਰ ਰਹੇ ਹੋ। ਮੈਂ ਇਸ ਚਿੱਠੀ ਦਾ ਸਵਾਗਤ ਕਰਦਾ ਤੇ ਮੈਂ ਧੰਨਵਾਦ ਕਰਦਾ ਯੂਥ ਕਾਂਗਰਸ ਵਾਲਿਆਂ ਦਾ, ਮੋਹਿਤ ਮਹਿੰਦਰਾ ਦਾ, ਕਿ ਉਹਨਾਂ ਨੇ ਮੈਨੂੰ ਇਸ ਚਿੱਠੀ ਲਿਖੀ, ਕਿਉਂਕਿ ਮੈਨੂੰ ਮੌਕਾ ਦਿੱਤਾ। ਹੁਣ ਮੈਂ ਇਸ ਚਿੱਠੀ ਦਾ ਜਵਾਬ ਬਿਲਕੁਲ ਦੇਊਂਗਾ, ਠੋਕ ਵਜਾ ਕੇ ਦੇਊਂਗਾ ਤੇ ਮੈਂ ਇਸ ਚਿੱਠੀ ਦੇ ਵਿੱਚ ਦੱਸੂਗਾ ਕਿ ਹੁਣ ਤੱਕ ਇਨਡਿਸਪਲਿਨ ਕਿਹਨੇ ਕਿਹਨੇ ਕੀਤਾ ਤੇ ਕਿਹਦੇ ਕਿਹਦੇ ਤੇ ਕਾਰਵਾਈ ਨਹੀਂ ਹੋਈ। ਪੰਜਾਬ ਕਾਂਗਰਸ ਨੂੰ ਹਰਾਉਣ ਦਾ ਅਸਲੀ ਕਾਰਨ ਕੀ ਸੀਗਾ? ਜਦੋਂ ਤੁਸੀਂ 17 ਤੋਂ 18 ਦੀ ਗੱਲ ਕਰਦੇ ਹੋ ਨਾ, ਸਰਦਾਰ ਨਵਜੋਤ ਸਿੰਘ ਸਿੱਧੂ ਤੇ ਉਂਗਲ ਚੱਕਦੇ ਹੋ, ਉਹਦਾ ਅਸਲੀ ਕਾਰਨ ਕੀ ਹੈ? ਕਿਹਦਾ ਭਾਈ ਆਜ਼ਾਦ ਖੜਾ ਹੋਇਆ, ਕਿਹਦਾ ਮੁੰਡਾ ਆਜ਼ਾਦ ਖੜਾ ਹੋਇਆ, ਕਿਹਦਾ ਭਾਈ ਬੀਜੇਪੀ ਤੋਂ ਖੜਾ ਹੋਇਆ? ਸਾਰੀਆਂ ਗੱਲਾਂ ਮੈਂ ਇਸ ਚਿੱਠੀ ਦੇ ਜਵਾਬ 'ਚ ਲਿਖੂੰਗਾ ਤੇ ਮੈਂ ਇਹ ਆਸ ਵੀ ਕਰੂੰਗਾ ਯੂਥ ਕਾਂਗਰਸ ਤੋਂ, ਵੱਡੀ ਕਾਂਗਰਸ ਤੋਂ, ਕਿ ਉਹ ਮੇਰੀ ਚਿੱਠੀ ਦਾ ਜਵਾਬ ਫਿਰ ਮੈਨੂੰ ਦੇਣਗੇ, ਕਿਉਂਕਿ ਇਸ ਆਗ ਜਿਹੜੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਬੜੀ ਵਧੀਆ ਸ਼ੁਰੂਆਤ ਹੈ। ਜੇ ਇਹ ਲਿਖਣ ਦਾ ਮਾਦਾ ਰੱਖਦੇ ਨੇ ਤਾਂ ਸੁਣਨ ਦਾ ਵੀ, ਮੈਨੂੰ ਮੈਂ ਆਸ ਕਰਦਾ ਕਿ ਇਹ ਸੁਣਨ ਦਾ ਵੀ ਮਾਦਾ ਰੱਖਦੇ ਹੋਣਗੇ ਤੇ ਆਪਾਂ ਹੁਣ ਇਸ ਚਿੱਠੀ ਦੇ ਰਾਹੀਂ ਇਹਨਾਂ ਦੀ ਅੱਖਾਂ ਖੋਲਣ ਦੀ ਕੋਸ਼ਿਸ਼ ਕਰੂੰਗਾ। ਜੇ ਉਹ ਮੇਰੀ ਚਿੱਠੀ ਜੇ ਪੜ੍ਹ ਲੈਣਗੇ ਤਾਂ ਕਾਂਗਰਸ ਦੇ ਵਿੱਚ ਕਈ ਸੁਧਾਰ ਹੋ ਜਾਣਗੇ ਤੇ ਕਈ ਗੱਲਾਂ ਇਹੋ ਜਿਹੀਆਂ ਹੋ ਜਾਣਗੀਆਂ ਕਿ ਕਾਂਗਰਸ ਮੁੜ ਡਿਸਿਪਲਿਨਡ ਹੋ ਜੂਗੀ, ਮੁੜ ਲਈ ਤੇ ਖੜ ਜੂਗੀ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਜੇ ਪੰਜਾਬ ਸਾਥ ਦੇ ਰਿਹਾ ਤਾਂ ਉਹ ਸੱਚਾਈ ਤੇ ਦੇ ਰਿਹਾ, ਉਹ ਇਮਾਨਦਾਰੀ ਤੇ ਦੇ ਰਿਹਾ। ਉਹ ਜਦੋਂ ਆਪਾਂ ਮਾਫੀਆ ਮੁਕਤ ਪੰਜਾਬ ਦੀ ਗੱਲ ਕਰਦੇ ਸੀ ਉਹਦੇ ਤੇ ਦੇ ਰਿਹਾ। ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਯੂਨੀਅਨ ਮਿਨਿਸਟਰੀ ਛੱਡੀ, PCC ਦੀ ਪ੍ਰਧਾਨਗੀ ਛੱਡੀ, ਕਈ ਅਹੁਦਿਆਂ ਨੂੰ ਲੱਤਾਂ ਮਾਰੀਆਂ, ਕਿਉਂ? ਪੰਜਾਬ ਵਾਸਤੇ, ਆਪਦੀ ਝੋਲੀ ਫੜਾਈ ਪੰਜਾਬ ਵਾਸਤੇ। ਤੇ ਮੈਂ ਆਸ ਕਰਦਾ ਇਹ ਤੁਹਾਨੂੰ ਯੂਥ ਕਾਂਗਰਸ ਵਾਲਿਓ, ਤੁਹਾਡੇ ਤੋਂ ਆਸ ਕਰਦਾ ਕਿ ਤੁਸੀਂ ਵੱਡੀ ਕਾਂਗਰਸ ਨੂੰ ਸ਼ੀਸ਼ਾ ਦਿਖਾਓਗੇ।